मजेदार। ਸ਼ਕਲ ਜੀ ਸਾਰਿਆਂ ਨੂੰ ਵੀ ਆ ਬੈਕ ਹੋਪ ਦਿਸ ਆਇਆ ਨਾ ਵਧੀਆ ਹੋਗੇ ਘੈਂਟ ਹੋਗੇ ਤੇ ਚੜ੍ਹਦੀ ਕਲਾ ਚ ਹੋਗੇ ਜਿਹੜਾ ਤੁਸੀਂ ਸਾਨੂੰ ਇੰਨੀ એનર્ਜੀ ਚ ਦੇਖ ਰਹੇ ਹੋ ਇਹ ਨਕਲੀ એનર્ਜੀ ਹੈ ਇਹ ਨਕਲੀ એનર્ਜੀ ਇਸ ਲਈ ਕਿਉਂਕਿ ਮੈਂ ਆਇਆ ਆਫਿਸ ਤੋਂ ਤੇ ਮੈਂ ਹਾਂ ਡੈਮ ਟਾਇਰਡ ਕਿਉਂਕਿ ਮੈਨੂੰ ਦਿਖ ਰਿਹਾ ਕੱਲ ਸੈਟਰਡੇ ਸੰਡੇ ਪਰ ਮੈਂ ਆਪਣੀ ਮੰਮਾ ਦੀ ਗੱਲ ਨੂੰ ਬਹੁਤ ਮੰਨਦੀ ਹਾਂ ਤੇ ਮੇਰੇ ਮੰਮਾ ਨੇ ਕੱਲ ਹੀ ਕਿਹਾ ਬੇਟਾ ਕਿੱਥੇ ਜਾਇਆ ਕਰੋ ਤੁਸੀਂ ਮੰਨੋਗੇ ਨਹੀਂ ਜ਼ਿੰਦਗੀ ਦੇ ਵਿੱਚ ਮੈਂ ਤੇ ਮਨਵੀਤ ਇਕੱਠੇ ਪਹਿਲੀ ਵਾਰ ਰੋਜ਼ ਫੈਸਟੀਵਲ ਦੇਖਣ ਜਾ ਰਹੇ ਹਾਂ ਰੋਜ਼ ਗਾਰਡਨ ਕਿਹੜਾ ਗਏ ਹਾਂ ਉੱਥੇ ਹੈ ਨਾ ਰੋਜ਼ ਗਾਰਡਨ ਚ ਹੈ ਰੋਜ਼ ਫੈਸਟੀਵਲ ਯੈਸ ਅਸੀਂ ਇਕੱਠੇ ਰੋਜ਼ ਗਾਰਡਨ ਨਹੀਂ ਗਏ ਅਸੀਂ 30 ਮਿੰਟ ਦਾ ਬਹੁਤ ਲੰਬਾ ਸਫ਼ਰ ਕਰ ਲਿਆ ਹਾਂ ਇੱਥੇ 30 ਮਿੰਟ ਦਾ ਰਸਤਾ ਹੈ ਤੇ ਫਿਰ ਵੀ ਅਸੀਂ ਸੋਚਿਆ ਕਿ ਨਹੀਂ ਅਸੀਂ ਜਾਵਾਂਗੇ ਉੱਥੇ ਸ਼ਾਮ ਨੂੰ ਮਿਲੇਗੀ ਤਰਲੀਨ ਵੀ ਕਿਉਂਕਿ ਉਹ ਜਿਹੜੇ ਐਨਜੀਓ ਨਾਲ ਐਸੋਸੀਏਟਡ ਹੈ ਉਹਨਾਂ ਨੇ ਉੱਥੇ ਸਟਾਲ ਲਾਇਆ ਹੋਇਆ ਸੋ ਉਹ ਕਹਿੰਦੀ ਕਿ ਆ ਜਾਓ ਮੈਂ ਕਿਹਾ ਤੇ ਕੁਝ ਖਾਣ ਨੂੰ ਹੋਏਗਾ ਕਹਿੰਦੀ ਆ ਜਾਓ ਮੈਂ ਵੀ ਖਾਣਾ ਤੁਹਾਡੇ ਨਾਲ ਹੀ ਖਾ ਲਾਂਗੀ ਓਕੇ ਹੁਣ ਅਸੀਂ ਇੰਨਾ ਵੱਡਾ ਰਸਤਾ ਤੈਅ ਕਰਨਾ ਹੈ ਸ਼ਬਦਾਵਲੀ ਦੇਖਿਓ ਅੱਜ ਤੁਸੀਂ ਮੇਰੀ ਜੀ ਤਾਂ ਮੈਂ ਹੁਣੇ ਹੁਣੇ ਇੱਕ ਵੀਡੀਓ ਦੇਖੀ ਸੀਗੀ ਸੁਪ੍ਰੀਤ ਨੇ ਮੈਨੂੰ ਭੇਜੀ ਸੀ ਤਾਂ ਮੈਂ ਸੋਚ ਰਹੀ ਹਾਂ ਕਿ ਆਪਾਂ ਉਹ ਚੈਲੰਜ ਕਰਦੇ ਹਾਂ ਹੁਣ ਚੈਲੰਜ ਕੀ ਹੈ ਜਾਂਜੀ ਜਿਵੇਂ ਐਲਫਾਬੈਟਿਕਲੀ ਹੁੰਦੇ ਆ ਨਾ ਵਰਡ ਏ ਬੀ ਸੀ ਡੀ ਈ ਹੈ ਨਾ ਹੁਣ ਆਪਣਾ ਚੈਲੰਜ ਕੀ ਹੈ ਜਿਵੇਂ ਮੈਂ ਇੱਕ ਸੈਂਟੈਂਸ ਬੋਲਿਆ ਐਗਜ਼ਾਮਪਲ ਅੱਜ ਆਪਾਂ ਰੋਜ਼ ਗਾਰਡਨ ਜਾ ਰਹੇ ਹਾਂ ਠੀਕ ਹੈ ਤੁਸੀਂ ਇਸ ਤੋਂ ਅੱਗੇ ਸਟੋਰੀ ਨੂੰ ਕੰਟੀਨਿਊ ਕਰਨਾ ਹੈ ਪਰ ਸ਼ੁਰੂ ਕਰਨਾ ਹੈ ਬੀ ਤੋਂ ਅੱਛਾ ਮੇਰੇ ਮਾਈਂਡ ਵਿੱਚ ਉਹ ਵੀ ਰੱਖਨੇ ਐਲਫਾਬੈਟ ਸਮਝ ਗਿਆ ਡਨ ਤਾਂ ਫਿਰ ਇੱਧਰ ਦੇ ਗਿਆ ਫਿਰ ਦੇਖਦੇ ਹਾਂ ਕੌਣ ਕਿੱਥੇ ਆ ਕੇ ਹਾਰਦਾ ਤੇ ਕੋਸ਼ਿਸ਼ ਕਰਨੀ ਹੈ ਟੂ ਮੇਕ ਇਟ ਇੰਟਰਸਟਿੰਗ ਐਂਡ ਟੂ ਮੇਕ ਇਟ ਫਨੀ ਠੀਕ ਹੈ ਰਾਈਟ ਤਾਂ ਬਹੁਤ ਸਾਰਾ ਪ੍ਰੈਸ਼ਰ ਹੈ ਪਰ ਦੇਖਦੇ ਹਾਂ ਕਿੱਥੇ ਤੱਕ ਪਹੁੰਚਦੇ ਹਾਂ ਠੀਕ ਹੈ ਸੋ ਆਈਲ ਸਟਾਰਟ ਓਕੇ ਇਹ ਵੀ ਸੌਖਾ ਪਹਿਲੀ ਅੱਜ ਆਪਾਂ ਰੋਜ਼ ਗਾਰਡਨ ਜਾ ਰਹੇ ਹਾਂ ਬਾਥਰੂਮ ਜਾਇਆ ਸੀਗੇ ਚਲੋ ਨਾ ਸਿੱਧਾ ਰੋਜ਼ ਗਾਰਡਨ ਚੱਲਦੇ ਆ ਦਰਦ ਕਰਨ ਲੱਗ ਗਿਆ ਮੇਰੇ ਇੰਨੀ ਗੱਲ ਤੋਂ ਹੀ ਇੱਦਾਂ ਨਾ ਕਹੋ ਯਾਰ ਵਿਆਹ ਤੋਂ ਬਾਅਦ ਹੁਣ ਇਹ ਗੱਲਾਂ ਹੋ ਗਈਆਂ ਨੇ ਫਾਇਦਾ ਕੋਈ ਨਾ ਗੱਲਾਂ ਦਾ ਜਨਪ੍ਰੀਤ ਸਿੰਘ ਆਪਣੀ ਹੱਦ ਦੇ ਵਿੱਚ ਹੀ ਹੈ ਹੱਦ ਨਹੀਂ ਪਾਰ ਕਰ ਰਿਹਾ ਕਈਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਬਹੁਤ ਅੱਛੇ ਸੈਂਟੈਂਸਿਸ ਬਣਾ ਰਹੇ ਹਾਂ ਤੇ ਗੇਮ ਨੂੰ ਜਿੱਤ ਰਹੇ ਹਾਂ ਪਰ ਇਹਦਾ ਕੁਝ ਨਹੀਂ ਉਹਨਾਂ ਦੇ ਮਾਈਂਡ ਵਿੱਚ ਐਲਫਾਬੈਟਸ ਚੱਲ ਰਹੇ ਨੇ ਲੌਂਗ ਡਿਸਟੈਂਸ ਆ ਯਾਰ ਕਾਫੀ ਆਲਮੋਸਟ 30 ਮਿੰਟ ਲੱਗ ਜਾਂਦੇ ਨੇ ਆਪਾਂ ਨੂੰ ਕਿੰਨਾ ਸਾਲ ਐਮ ਤੁਹਾਡੇ ਵਾਸਤੇ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਿਹਾ ਸੀਗਾ ਕਿ ਤੁਸੀਂ ਮੈਨੂੰ ਰੋਜ਼ ਗਾਰਡਨ ਲੈ ਕੇ ਜਾਓਗੇ ਤਾਂ ਫਿਰ ਹੁਣ ਭਾਵੇਂ ਲੰਬਾ ਡਿਸਟੈਂਸ ਹੋਵੇ ਭਾਵੇਂ ਛੋਟਾ ਡਿਸਟੈਂਸ ਹੋਵੇ ਉਹ ਤਾਂ ਤੁਹਾਨੂੰ ਵਾਅਦਾ ਪੂਰਾ ਕਰਨਾ ਹੀ ਪੈਣਾ ਨੋ ਪਰ ਮੈਂ ਤਾਂ ਕਰ ਨੀ ਰਿਹਾ ਮਨਵੀਰ ਤੈਨੂੰ ਏਦਾਂ ਫੀਲ ਹੋ ਰਿਹਾ ਹੈ ਕਿਉਂ ਕਰ ਰਹੇ ਹੋ ਮੇਰੇ ਨਾਲ ਏਦਾਂ ਰਹਿਣ ਦੇ ਯਾਰ ਕਿਆ ਫਾਇਦਾ ਇਹਨਾਂ ਗੱਲਾਂ ਦਾ ਕਿਉਂ ਮੇਰੇ ਤੇ ਇਲਜ਼ਾਮ ਲਾਈ ਜਾ ਸਹੀ ਗੱਲ ਕਹਿੰਦੀ ਹੈ ਸੁਪ੍ਰੀਤ ਕਿ ਤੁਹਾਡੇ ਤੋਂ ਨਹੀਂ ਹੋਣਾ ਤੇਰੀ ਭੈਣ ਵੀ ਤੇਰੇ ਵਰਗੀ ਹੋ ਉੜਦੀਆਂ ਗੱਲਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਹੀਂ ਮੰਨਣਾ ਚਾਹੀਦਾ ਜਾਨ ਜੀ ਹਾਰ ਰਹੇ ਨੇ ਤੇ ਜਾਨ ਜੀ ਆਪਣਾ ਬਚਾ ਕਰ ਰਹੇ ਨੇ ਵਿਹਲੇ ਲੋਕ ਹਾਰ ਗਿਆ
ਲੈਂਦੀ ਹਾਰ ਗਈ अपने मुंह दसो पनिशमेंट की ज्यादा नहीं होनी चाहिए मेरी पनिशमेंट यही है कि अगर तू कुछ अच्छा खाना चाहेंगी मैं उदे चार्ज तेनू प्लस कर देना 3 नॉट्स दी आइसक्रीम 3 नॉट्स दी सीरियसली या आपा टेस्ट करेंगे आज 3 नॉट्स जो खुला है सदा अंत तक खुला है लो वाओ ये तो बड़ा अच्छा मैं और एक गेम सोचती सारे अजे टाइम ज्यादा नहीं 1 मिनट अजे भी पे ने पर इतनी देर की पता एक नई गेम आजे फिर मैं एक और कहता जान जी की सूट ले आ देंगे हुन ऊड़े वाले तो ना शुरू कर दो सो जी आपा पहुंच गए हां फाइनली रोज गार्डन ना रोज फेस्टिवल ए थोड़ी लेजर वाली परले पासे वाला मनवीत आई थिंक सो पता नहीं है की इथे स्टॉल लगे हुए अजे हुन दूजे नु की दसे जब खुद नु नहीं समझ आ रहा नहीं फिलहाल असि नले एंट्री करी है ना तो जिमे जिमे सानू पता लगदा क्योंकि साडा भी पहला एक्सपीरियंस है सानू पता लगदा कि किथे की हो रहा होवे मैं तुहानू आपा दसांगा अच्छा ए बदूल कर ले चलो ਕਿਹੜੀ ਗੇਮ ਹੈ ਤੇ ਜੇ ਤੋੜਿਆ ਜੇ ਗਿਰ ਪੰਜੇ ਗਲਾਸ ਆਰਾਮ ਨਾ ਡਾਲ ਹੈ ਕੋਈ ਪੰਜ ਗਲਾਸ ਨੇ 50 ਰੁਪਏ ਇੱਕ ਵਾਰ ਗੇਮ ਦੇ ਨੇ ਜੇ ਜਿੱਤ ਗਿਆ ਤਾਂ 300 ਮਿਲੇਗਾ 300 ਮਿਲੇਗਾ 300 ਰੁਪਏ ਇਹ 5 ਗਲਾਸ ਰਹਾ 300 ਰੁਪਏ ਨਾ ਆਵੇ 300 ਰੁਪਏ बहुत जोर के नहीं मार रहा जोर की मारना बस बहुत हो गए 100 रुपए हो गया अरे जी जान जी मैंने 200 मेनू की ला के दोगे जिदे मर्जी दे जीते निशाना पिया हां ओ साडा यार 10 भाई की दा वेदा यार ने छेद रे यार ने छेद मारना की दे यार मार दे गड़ी रे पता नहीं मेनू इतनी जोर के क्या पता ही नहीं चलिया भैया खड़े रस्ते च मिल रहे हैं जान जी पता भी नहीं चल रहा तुसी लाओ जान मेनू लग रहा सारा तुसी हवा च मार रहे हो लालच बंदे नू किन्ना खिचदा है चल मनीत हुण तू ट्राई कर इस बार हुण पहला मन च सोचा गया नंबर ਵਾ ਜਿਹੜਾ ਬਣ ਗਿਆ ਠੀਕ ਆ 6 ਬੋਲਾਂ ਦਾ ਨਹੀਂ ਇਦਾਂ ਨਹੀਂ ਬਣੇਗਾ ਨਾ ਹਾਂ ਇਦਾਂ ਹੀ ਬਣੇਗਾ ਫਿਰ ਇੱਕ ਬੋਲ ਨਾਲ ਦੇ ਨਾਲ ਕੱਢ ਲੋਗੇ ਤੁਸੀਂ ਉੱਥੇ ਪਈ ਰਹੇਗੀ 6 ਬੋਲੇ ਮੈਂ ਲਾਸਟ ਤੇ ਟੋਟਲ ਕਰਾਂਗੇ ਲਾਸਟ 6 ਬੋਲਾਂ ਜਿੱਥੇ ਤੇ ਪੈਂਦੇ ਹੋ ਲਾਸਟ ਟੋਟਲ ਉਹ ਦੇਖਣਾ ਵੀ ਉੱਥੇ ਬਣਦਾ ਕਿ ਨਹੀਂ ਉਹ ਦੇਖਣਾ ਵੀ ਟੋਟਲ ਉਹਦਾ ਕਿਹਾ ਹੈਗਾ ਕਿਹਾ ਹੈਗਾ ਜੇ ਨਾਮ ਅਗਰ ਮਿਸਟਰ ਨੋ ਨੰਬਰ ਤੇ ਵੀ ਪਾਣੀ ਇੱਕ ਜੇ ਬਾਦੀ ਸਾਰੇ 6 ਨੰਬਰ ਦਾ ਹੋਊਗਾ 6 ਹੈਗਾ एनालिसिस कर ला ना किहदे च पाएगा ए दोबारा मौका दंदे ने मनीत दोबारा मौका हैगा लै 3 हो गया
ਇੱਧਰ ਨਾ ਸੈਂਟਰ ਚ ਨਾ ਜਾ ਨਾ ਹੁਣ ਜਾਂ ਤਾਂ ਸ਼ੇਪ ਸ਼ੇਪ ਆਉਣ ਦੀ ਕੋਸ਼ਿਸ਼ ਗੜ ਬਣਾਉਣੀ ਹੈ ਇਹ 3 4 5 6 6 ਤਾਂ ਹੋ ਗਿਆ ਹੁਣ ਜੇ ਤੂੰ 6 ਦੇ ਵਿੱਚ ਪਾਉਣੀ ਹੈ ਤਾਂ 12 ਬਣ ਜਾਊਗਾ 6 ਹਾਂ ਜੇ 6 ਦੇ ਵਿੱਚ ਪਾਉਣੀ ਹੈ ਤਾਂ 12 ਬਣ ਜਾਊਗਾ ਜੇ 4 6 ਤੇ 9 ਹੁਣ 9 ਲੈ ਉੱਥੇ ਗਈ ਫੇਰ ਗੱਲ ਨਾ 9 12 ਹੋ ਗਿਆ ਨਾ 12 ਹੋ ਗਿਆ ਹੁਣ ਜੇ 1 ਚ ਪੈਂਦਾ ਹੈ ਤਾਂ 13 ਜੇ 4 ਚ ਪੈਂਦਾ ਹੈ ਜਾਂ 1 ਜਾਂ 4 ਖੜ ਜਾ ਜਾਂ 1 ਜਾਂ 4 ਤੇ ਜਾਂ 7 ਹਾਂ ਜਾਂ 7 7 ਹੈ ਹੀ ਨਹੀਂ 7 ਹੈ ਨਹੀਂ ਖੜ ਜਾ ਮਨੀਤ ਖੜ ਜਾ ਖੜ ਜਾ ਖੜਾ 4 ਚ ਪਊਗਾ 4 2 1 2 ਚ ਪਾ ਕੇ ਫਾਇਦਾ ਨਹੀਂ ਨਾ 3 ਚ ਪਾ ਕੇ ਫਾਇਦਾ 4 ਤੋਂ ਉੱਪਰ ਪਾ ਕੇ ਫਾਇਦਾ ਓਏ 13 ਹੋ ਗਿਆ 13 ਆ ਗਿਆ ਨਾ ਓ ਵਾਹ ਵੈਰੀ ਨਾਈਸ ਮਨੀਤ ਵਾਰ ਜਿੱਤ ਗਏ ਓ ਮਿਲਿਆ ਦੇ ਕੀ ਆ ਤੈਨੂੰ ਚਾਰ ਤਾਂ ਪੈ ਗਈ ਵਾਹਿਗੁਰੂ ਜੀ ਤੁਸੀਂ ਹੋਰ ਮਿਹਨਤ ਕਰਿਓ ਠੀਕ ਹੈ ਬਹੁਤ ਵਧੀਆ ਲੱਗਿਆ ਘਰ ਜਾਣਾ ਮੈਨੂੰ ਪਤਾ ਇਹ ਬਾਰ ਬਾਰ ਕਿਉਂ ਕਹਿ ਰਹੀ ਹੈ ਕਿਉਂਕਿ ਮੈਂ ਤੀਜੀ ਦੇ ਵਿੱਚ ਜਿੱਤੇ ਆ ਪਹਿਲੀਆਂ ਦੋ ਮੈਂ ਹਾਰ ਗਿਆ ਪਰ ਠੀਕ ਹੈ ਤਰਲੀਨ ਇਮੋਸ਼ਨਲ ਬਲੈਕਮੇਲ ਕਰਕੇ ਲੈ ਕੇ ਆਈ ਹੈ ਮੈਨੂੰ ਤਰਲੀਨ ਕਹਿ ਰਹੀ ਹੈ ਤੁਸੀਂ ਬਾਏ ਕਰੋ ਫੋਰ ਅ ਗੁੱਡ ਕੌਜ਼ ਲੋੜ ਹੈ ਨਹੀਂ ਹੈ ਕੋਈ ਗੱਲ ਨਹੀਂ ਫੋਰ ਅ ਗੁੱਡ ਕੌਜ਼ ਠੀਕ ਹੈ ਯੂ ਆਰ ਡੂਇੰਗ ਗ੍ਰੇਟ ਜਦੋਂ ਦਿਲ ਕਰੇ ਇੱਕ ਦੋ ਨੂੰ ਕਹਿ ਦਿਆ ਕਰਾਂਗੇ ਆਈ ਦੇ ਕੇ ਯੂ ਆਰ ਡੂਇੰਗ ਗ੍ਰੇਟ ਮੈਂ ਆਪਣਾ ਵਾਅਦਾ ਪੂਰਾ ਕੀਤਾ ਮਨਵੀਤ ਕੌਰ ਜੀ ਨੂੰ ਮੈਂ ਕਿਹਾ ਸੀਗਾ ਕਿ ਜੇ ਇਹ ਜਿੱਤਦੇ ਨੇ ਅੱਜ ਮੈਂ ਉਹੀ ਦਿਨ ਅੰਦਰ ਜਾ ਕੇ ਉਮੀਦਾਂ ਵਧਾਓ ਆਪਣੀਆਂ ਓ ਵਾਓ ਮਨਵੀਤ ਕੌਰ ਇਹ ਤਾਂ ਸਰਿੰਜਾਂ ਨਾਲ ਭਰੀ ਹੋਈ ਹੈ ਮਜ਼ੇਦਾਰ
ਅੱਜ ਜਿੰਨਾ ਸਵਾਦ ਹੈ ਨਾ ਆਈਸਕ੍ਰੀਮ ਖਾ ਕੇ ਮਜ਼ਾ ਆ ਗਿਆ। ਨਾਈਟ ਵਾਂਗ ਸੈਲੀਬ੍ਰੇਟ ਕਰ ਰਹੇ ਹਾਂ। ਤੇਰੀ ਮੇਰੀ ਇੱਕ ਜਿੰਦੜੀ ਜੇ ਮੈਨੂੰ ਥੋੜਾ ਜਿਹਾ ਤੁਰ ਕੇ ਪਤਾ ਲੱਗ ਗਿਆ ਵੀ ਇਹਨੇ ਵਾਕ ਨਹੀਂ ਸ਼ੁਰੂ ਕਰਨੀ ਹੈਗੀ। ਮਾੜਾ ਜਿਹਾ ਮੈਂ ਤੁਰਨ ਨੂੰ ਕਹਿਤਾ ਗੱਡੀ ਲਿਆਉਂਦੇ ਗੱਡੀ ਲਿਆਉਂਦੇ ਗੱਡੀ ਲਿਆਉਂਦੇ ਦੋਸਤੋ ਮਿੱਤਰੋ ਸਾਥੀਓ ਦੀ ਕੋਈ ਗੱਲ ਨਹੀਂ ਇਹਦੇ ਚ। ਗੱਲ ਪਤਾ ਕੀ ਹੈ, ਕੋਈ ਗੱਲ ਨਹੀਂ, ਮੈਂ ਹੀਲ ਪਾਈ ਹੋਈ ਹੈ, ਹੀਲ ਪਾ ਕੇ ਕੋਈ ਵਾਕ ਤੇ ਜਾਂਦਾ ਜ਼ਰੂਰੀ ਥੋੜੀ ਹੁੰਦਾ, ਜ਼ਰੂਰੀ ਨਹੀਂ ਹੁੰਦਾ, ਜਿਹਨੇ ਵਾਕ ਕਰਨੀ ਆ ਉਹਨੇ ਕੋਈ ਐਕਸਕਿਊਜ਼ ਨਹੀਂ ਦੇਣਾ ਹੈਗਾ। ਸਡੇ ਹੋ ਗਿਆ, ਬੜੇ ਅੱਛੇ ਤਰੀਕੇ ਨਾਲ ਗਏ ਸੀ, ਲੋ ਔਨ એનર્ਜੀ ਸੀਗੇ, ਮਜ਼ੇਦਾਰ ਆਏ ਅਸੀਂ, ਹਾਈ ਔਨ એનર્ਜੀ ਜਿਹੜੀ ਉਹ ਠੰਡੀ ਠੰਡੀ ਆਈਸਕ੍ਰੀਮ ਖਾਦੀ ਹੈ ਨਾ, ਹਲੇ ਵੀ ਉਹਨਾਂ ਅੱਖਾਂ ਇਦਾਂ ਬਰੀਆਂ ਹੁੰਦੀਆਂ, ਮਜ਼ਾ ਆ ਗਿਆ। ਇਹ ਵੈਸੇ ਵੀ ਕਦੇ ਕਦੇ ਹੋਈ ਹੈ, ਜੇ ਰੁਟੀਨ ਤਾਂ ਚੇਂਜ ਕਰੋ ਤਾਂ ਅੱਛਾ ਹੀ ਲੱਗਦਾ। ਬਹੁਤ ਸਾਰਾ ਸਮਾਨ ਏਦਾਂ ਖਿੰਡਿਆ ਹੋਇਆ, ਤੈਨੂੰ ਥੋੜਾ ਜਿਹਾ ਆਰਗਨਾਈਜ਼ ਕਰਾਂਗੇ ਹੁਣ ਹੌਲੀ ਹੌਲੀ। ਹੁਣ ਅਸੀਂ ਘਰ ਸੈੱਟ ਕਰ ਰਹੇ ਹਾਂ, ਅਸੀਂ ਵੱਡੇ ਹੋ ਰਹੇ ਹਾਂ ਨਾ, ਹੁਣ ਅਸੀਂ ਘਰ ਸਾਂਭ ਰਹੇ ਹਾਂ, ਹੈ ਨਾ ਜੀ। ਹਾਂਜੀ ਯੈਸ। ਸੋ ਅੱਜ ਦਾ ਹੁਕਮਨਾਮਾ ਸੀ ਜੀ, ਕਹਿੰਦੇ ਨੇ ਕਿ ਹੇ ਬੰਦਿਆ, ਹੇ ਸ਼ੇਖ, ਸ਼ੇਖ ਕਹਿ ਕੇ ਰੈਫਰ ਕੀਤਾ ਹੋਇਆ ਇਸ ਵਾਰ ਕਿ ਹੇ ਸ਼ੇਖ, ਕਿ ਸਾਰਾ ਕੁਝ ਛੱਡ ਕੇ ਨਾ ਧਿਆਨ ਪ੍ਰਭੂ ਦੇ ਨਾਮ ਵਿੱਚ ਲਾ, ਨਹੀਂ ਤਾਂ ਤੇਰੇ ਚੰਗੇ ਪਹਿਨਣ ਦਾ ਤੇ ਚੰਗੇ ਖਾਣ ਦਾ ਕੋਈ ਮਤਲਬ ਨਹੀਂ ਹੈ ਤੇ ਉਹ ਪੁੱਗਣਾ ਨਹੀਂ ਹੈ ਜੇ ਰੱਬ ਜੀ ਦਾ ਨਾਮ ਨਾ ਸਿਮਰਿਆ ਤਾਂ। ਸੋ ਪੁਆਇੰਟ ਕੀ ਹੈ ਕਿ ਕਰੋ ਸਾਰਾ ਕੁਛ, ਪਰ ਚੇਤੇ ਰੱਖੋ, ਯਾਦ ਰੱਖੋ, ਅਦਰਵਾਈਜ਼ ਕੁਛ ਵੀ ਕੀਤਾ ਹੋਇਆ ਮੁੱਲ ਨਹੀਂ ਪੈਣਾ। ਤੇ ਉਹ ਕਹਿੰਦੇ ਕਿ ਆਪਣੇ ਆਪ ਨੂੰ ਜੱਗ ਤੇ ਪਰਾਉਣਾ ਸਮਝ, ਇਹ ਨਹੀਂ ਕਿ ਮੈਂ ਹਮੇਸ਼ਾ ਲਈ ਰਹਿਣ ਵਾਲਾ, ਐਂਡ ਗੋਲ ਪਤਾ ਹੋਣਾ ਚਾਹੀਦਾ ਕਿ ਤੁਰ ਜਾਣਾ। ਤੇ ਜੇ ਤੁਰ ਜਾਣਾ ਫਿਰ ਉਹ ਤੁਰੇ ਜਾਣ ਵਾਲੇ ਰਸਤੇ ਨੂੰ ਸਮੂਥ ਬਣਾਉਣ ਲਈ ਤੇ ਇਹ ਜਰਨੀ ਨੂੰ ਦਿਖਾਉਣ ਲਈ ਕਿ ਇਹ ਜਰਨੀ ਵਿੱਚ ਅਸੀਂ ਕੀ ਖੱਟਿਆ, ਤਾਂ ਰੱਬ ਜੀ ਦਾ ਨਾਮ ਚੇਤੇ ਰੱਖਣਾ, ਰੱਬ ਜੀ ਦਾ ਨਾਮ ਧਿਆਨਾ, ਰੱਬ ਜੀ ਨੂੰ ਸਿਮਰਨਾ ਤੇ ਚੰਗੇ ਕਾਰਜ ਕਰਦੇ ਰਹਿਣਾ। ਸੋ ਆਪਣੇ ਆਪ ਨੂੰ ਪਰਮਾਨੈਂਟ ਨਹੀਂ ਸਮਝਣਾ, ਤੇ ਜਿਹੜਾ ਇਨਸਾਨ ਆਪਣੇ ਆਪ ਨੂੰ ਵੈਸੇ ਪਰਮਾਨੈਂਟ ਨਹੀਂ ਸਮਝੇਗਾ, ਦੇਖੋ ਜਿੱਥੇ ਆਪਾਂ ਪਤਾ ਹੁੰਦਾ ਕਿ ਆਪਾਂ ਥੋੜ੍ਹਾ ਟਾਈਮ ਕਿਸੇ ਰਿਸ਼ਤੇਦਾਰਾਂ ਵੱਲ ਜਾ ਰਹੇ ਹਾਂ ਫਿਰ ਆਪਾਂ ਨੂੰ ਇੰਨੇ ਜ਼ਿਆਦਾ ਰੌਲੇ ਨਹੀਂ ਹੁੰਦੇ, ਜਿੱਥੇ ਆਪਾਂ ਪਰਮਾਨੈਂਟ ਰਹਿੰਦੇ ਉੱਥੇ ਲੜਾਈਆਂ ਲੜੂਈਆਂ ਹੁੰਦੀਆਂ, ਫਿਰ ਆਪਾਂ ਨੂੰ ਇੱਥੇ ਸਮਝ ਕੇ ਚੱਲਣਾ ਚਾਹੀਦਾ ਕਿ ਬਈ ਇੱਥੋਂ ਤਾਂ ਜਾਣਾ ਹੀ ਹੈ, ਅਤੇ ਨਾ ਦਿਲ 'ਤੇ ਲਾ ਕੇ ਕਹਿੰਦਾ ਨਹੀਂ ਕੋ ਤਾਂ ਲਾ ਕੇ ਕੀ ਫਾਇਦਾ, ਚਲੇ ਜਾਣਾ, ਸਾਹਮਣੇ ਵਾਲੇ ਨੇ ਵੀ ਜਾਣਾ, ਅਸੀਂ ਵੀ ਜਾਣਾ, ਅਤੇ ਜਦ ਜਾਣਾ ਹੀ ਜਾਣਾ ਫਿਰ ਰੱਬ ਰੱਬ ਹੀ ਕਰੇ ਜਾਓ, ਹੈ ਨਾ। ਸੋ ਆਪਾਂ ਪਹੁੰਚਣਾ ਲਏ ਹਾਂ ਪੂਰੇ 2 ਮਿੰਟ 'ਚ ਘਰ, ਅਤੇ ਘਰ ਪਹੁੰਚਣ ਤੋਂ ਪਹਿਲਾਂ ਅਸੀਂ ਤੁਹਾਨੂੰ ਕਹਾਂਗੇ ਜੀ ਬਾਏ ਬਾਏ, ਅਤੇ ਅਸੀਂ ਤੁਹਾਨੂੰ ਮਿਲਾਂਗੇ ਬਹੁਤ ਹੀ ਜਲਦ, ਉਹ ਬਹੁਤ ਹੀ ਜਲਦ ਹੋਏਗਾ ਕੱਲ੍ਹ। ਬਾਏ ਬਾਏ ਜੀ, ਟਾਟਾ ਜੀ, ਧਿਆਨ ਰੱਖਿਓ ਜੀ, ਅਸੀਂ ਤੁਹਾਨੂੰ ਮਿਲਦਾ ਹੈ ਰਾਂਗੇ ਰਾਂਗੇ ਰਾਂਗੇ, ਆਪਣਾ ਪਿਆਰ ਲਾਈਕ ਕਮੈਂਟਸ ਨਾਲ ਬਣਾ ਕੇ ਰੱਖਿਓ ਤਾਂ ਕਿ ਅਸੀਂ ਵਾਪਸ ਆਈ ਜਾਈਏ ਤੁਹਾਡੇ ਕੋਲ। ਸਰ ਰੱਬ ਰੱਖੇ ਜੀ।